ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਜਿਹੜੇ ਵੀਰ ਆਪਣੇ ਫੇਸਬੁੱਕ ਪੇਜ 'ਤੇ ਇਹ ਵੀਡੀਓ ਦੇਖ ਰਹੇ ਨੇ, ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ। ਜਿਹੜੇ ਵੀਰ ਆਪਣੇ ਯੂਟਿਊਬ 'ਤੇ ਇਹ ਵੀਡੀਓ ਦੇਖ ਰਹੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਦੋਸਤੋ, ਅਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ 'ਤੇ ਸੈੱਟ ਕਰ ਲਿਓ, ਤਾਂ ਜੋ ਦੋਸਤੋ ਅਗਲੀ ਕੋਈ ਵੀ ਨਵੀਂ ਅਪਡੇਟ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ। ਅੱਜ ਦੋਸਤੋ 9 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ, ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਿਓ। ਸਮਾਂ ਤਕਰੀਬਨ ਜਿਹੜਾ ਦੋਸਤੋ 11:30 ਦਾ ਮੋਰਨਿੰਗ ਦਾ ਹੈਗਾ, ਠੀਕ ਆ। ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੋਟੀਆਂ ਹੈਗਾ ਜੀ, ਤਹਿਸੀਲ ਜ਼ਿਲ੍ਹਾ ਇਸ ਪਿੰਡ ਤੋਂ ਮੋਗਾ ਲੱਗਦਾ, ਠੀਕ ਆ। ਤਲਵੰਡੀ ਭਾਈ ਬਿਲਕੁਲ ਨਜ਼ਦੀਕ ਆ, 2.5 ਕਿਲੋਮੀਟਰ ਦੀ ਸਾਰੀ ਜਿਹੜੀ ਦੋਸਤੋ ਦੂਰੀ ਹੈਗੀ ਆ ਤਲਵੰਡੀ ਭਾਈ ਦੀ, ਠੀਕ ਆ। ਅਤੇ ਖਾਸ ਵਿਜ਼ਿਟ ਜਿਹੜੀ ਅੱਜ ਆਪਣੀ ਹੈਗੀ ਆ ਪਿੰਡ ਚੋਟੀਆਂ ਕਲਾਂ ਦੇ ਵਿੱਚ, ਠੀਕ ਆ। ਅਤੇ ਕਾਲੀ ਵਾਲਾ ਪਿੰਡ ਬਿਲਕੁਲ ਨਾਲ ਲੱਗਦੇ ਪਿੰਡ ਹੈਗੇ ਦੋਸਤੋ, ਪੰਡੋਰੀ ਪਿੰਡ ਬਿਲਕੁਲ ਨਾਲ ਆ, ਮੇਸਰੀ ਸੰਧੂ ਪਿੰਡ ਬਿਲਕੁਲ ਨਜ਼ਦੀਕ ਹੈਗਾ। ਅਤੇ ਤੁਸੀਂ ਖਾਸ ਵਿਜ਼ਿਟ ਜਿਹੜੀ ਹੈਗੀ ਆ ਪਿੰਡ ਚੋਟੀਆਂ ਕਰਨੀ ਆ, ਬਾਈ ਮਨਜਿੰਦਰ ਦੇ ਕੋਲ ਆਏ ਆ। ਪਸ਼ੂ ਜਿਹੜੇ ਅੱਜ ਘੱਟੋ ਘੱਟ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਆ, ਵੀ 3 ਪਸ਼ੂ ਦਿਖਾਵਾਂਗੇ, 2 ਵਹਿੜਾਂ ਨੇ, 1 ਮੱਝ ਹੈਗੀ ਆ, ਠੀਕ ਆ। ਪ੍ਰੋਪਰ ਤਿਆਰੀ ਦੇ ਵਿੱਚ ਆ, ਅਤੇ 3 ਤੋਕੜ ਨੇ, ਤੋਕੜਾ ਗੱਬਣ ਵੀ ਹੈਗੀਆਂ ਨੇ ਜਿਹੜੀਆਂ ਵਹਿੜਾਂ, ਖਾਸ ਤੌਰ 'ਤੇ ਤੋਕੜ ਗੱਬਣ ਨੇ। ਬਾਕੀ ਮੱਝ ਦੀ ਵੀ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਕੇ ਜਾਣਕਾਰੀ ਪੂਰੀ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ। ਆਓ ਕਰਦੇ ਹਾਂ ਗੱਲਬਾਤ, ਜਾਣ ਲੈਂਦੇ ਹਾਂ ਕੀ ਡਿਟੇਲ ਹੈਗੀ ਇਹਨਾਂ ਪਸ਼ੂਆਂ ਦੀ। ਆ ਜਾਓ ਬਾਈ ਮਨਜਿੰਦਰ ਸਾਹਮਣੇ ਇੱਥੇ ਜੀ। ਬਾਈ ਮਨਜਿੰਦਰ, ਹੋਰ ਸੁਣਾਓ ਕੀ ਹਾਲ ਚਾਲ? ਬਹੁਤ ਵਧੀਆ, ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਰਾਜਸੀ ਫਰਮਾ ਜੁੜੇ ਆ। ਹਾਂ, ਸਤਿ ਸ਼੍ਰੀ ਅਕਾਲ ਵੀਰ ਜੀ ਤੈਨੂੰ ਵੀ। ਅਤੇ ਮਨਜਿੰਦਰ ਭਾਈ, ਪਸ਼ੂ 3 ਤੋਕੜ ਗੱਪਣੀ? ਹਾਂਜੀ, 3 ਤੋਕੜਾਂ ਗੱਪਣੇ ਆ ਜੀ। ਅਤੇ ਠੀਕ ਆ, ਅਤੇ ਮੱਝ ਵੀ ਨਾਲ ਦੁੱਧ ਦਿੰਦੀ ਹੁਣ? ਮੱਝ 9 ਮਹੀਨੇ ਤੋਂ ਟੱਪ ਗਈ ਹੈ ਜੀ, ਮੇਰੇ ਘਰੇ ਆਈ ਨੂੰ 5 ਦਿਨ ਹੋ ਗਏ ਆ, ਅਤੇ ਉਹ ਇੱਕ ਟਾਈਮ ਚੋਦੇ ਸੀ, ਮੈਂ ਵੀ ਢਾਈ ਡੰਗ ਦਾ ਚੋਈ ਆ, ਹੁਣ ਵੀ ਚੋਲੋ, ਪਰ ਹੁਣ ਮੈਨੂੰ 5 ਦਿਨ ਹੋ ਗਏ ਮੈਂ ਨਹੀਂ ਚੋਈ। 9 ਮਹੀਨੇ ਤੋਂ 5-4 ਦਿਨ ਉੱਤੇ ਲੰਘ ਗਏ, 25 ਦਿਨ ਰਹਿ ਗਏ ਮੰਨ ਕੇ ਚਲੋ ਸੂਨ ਚੋ। ਜੀ ਹਾਂਜੀ, 25 ਦਿਨ ਪਏ? ਹਾਂ, 25 ਦਿਨ ਲੈ ਜੇ, 20 ਦਿਨ, 25 ਦਿਨ ਲੈ ਜੇ, 9 ਤੋਂ ਉੱਪਰ ਹੋਊਗੀ ਘੱਟ ਨਾ ਹੋਊਗੀ, ਗਰੰਟੀ ਹੋ ਗਈ। ਜੀ ਜੀ ਮਨਜਿੰਦਰ ਭਾਈ, ਪਹਿਲੇ ਨੰਬਰ ਤੋਂ ਆਪਾਂ ਇੱਥੋਂ ਸਟਾਰਟ ਕਰਦੇ ਹਾਂ। ਹਾਂਜੀ, ਇਹ ਵਹਿੜ ਦੀ ਪੂਰੀ ਡਿਟੇਲ ਕੀ ਆ, ਵੀ ਸੂਆ ਅੱਗੇ ਕਿਨਮਾ ਸੂਗੀ, ਤੇ ਹੁਣ ਮੌਕੇ ਤੱਕ ਕੀ ਹੋਏਗੀ, ਸਥਿਤੀ ਕਿਵੇਂ? ਇਹ ਦੂਜਾ ਸੂਆ ਜੀ, ਪਹਿਲੇ ਸੂਏ ਮੇਰੇ ਕੋਲ ਨਿੱਕੀ ਵੱਛੀ ਗਈ ਸੀ ਗਾਂ ਦੇ ਮਗਰ, ਇਹ ਖੀਰੀ ਸੂਈ ਸੀਗੀ। ਠੀਕ ਹੈ ਠੀਕ ਹੈ, ਹੁਣ ਦੂਜਾ ਸੂਆ ਸੂਣ ਲੱਗੀ ਆ, ਤੇ ਪਹਿਲਾ ਸੱਜਰ ਦਾ ਰਿਕਾਰਡ 18-20 ਦਾ ਹੈਗਾ, ਗਰੰਟੀ ਹੋ ਗਈ ਆਪਣੀ। ਹੁਣ ਹੈਗੀ 3-3.5-3.5 ਮਹੀਨੇ ਗੱਬਣ ਜੀ। ਠੀਕ ਹੈ, ਉਹਨਾਂ ਨੇ 10 ਕਿਲੋ ਦੁੱਧ ਕਿਹਾ ਜੀ, ਮੇਰੇ ਘਰੇ ਥੋੜ੍ਹੇ ਇਹਨੇ ਉੱਪਰ ਆ ਕੇ ਕੀਤਾ, ਹੁਣ ਵੀ ਜੇ ਮੰਨ ਕਰੀਏ ਤਾਂ 8-8.5 ਹੋਣ ਵੀ ਹੋਊਗਾ ਜੀ ਕੰਡੇ ਵਾਲਾ। ਹੁਣ ਮਤਲਬ ਕਿ 8.5 ਹੈਗਾ ਕੰਡੇ ਵਾਲਾ, ਦਿਹਾੜਿਆਂ ਦੇ ਉੱਪਰ ਵੀ ਕਰੂਗੀ, ਜ਼ਰੂਰ ਕਰੂਗੀ, ਮੇਰੇ ਘਰੇ ਜਿਹੜੇ ਕੀਤਾ, ਅੱਜ ਮੈਂ ਹੁਣ ਡੀਜ਼ਲ ਆਇਆ ਨੂੰ ਥੋੜ੍ਹੇ ਪੱਠੇ ਖਾਣ ਲੱਗੀ ਆ, ਨਹੀਂ ਉੱਪਰਾ ਕਰ ਦੂਗਾ ਜੀ। ਠੀਕ, ਅੱਗੇ ਦੂਜੇ ਸੂਬੇ ਦੀ ਮਤਲਬ ਕਿ 3-3.5 ਮਹੀਨੇ? ਹਾਂ, 3-3.5 3.5 3.5 ਹਾਂ, ਗਰੰਟੀ ਹੋਊਗੀ ਆਪਣੇ ਮਹੀਨੇ 'ਚ ਚੈੱਕ ਕਰਵਾ ਲਓ ਹੋਰ। ਠੀਕ ਆ, ਅਤੇ ਦੂਜੇ ਸੂਬੇ ਲਈ ਜਿਹੜੀ ਦੋਸਤੋ ਗੱਬਣ ਹੈਗੀ ਆ, ਠੀਕ ਆ, ਪਹਿਲੇ ਸੂਬੇ ਦੇ ਵਿੱਚ ਹੁਣ ਚੱਲਣ ਡਈ ਆ, ਅਤੇ ਤਕਰੀਬਨ 8 ਕੁ ਲੀਟਰ ਤੋਂ ਵੀਰਾਂ ਦਾ ਬਾਹਰ ਹੀ ਦੁੱਧ ਹੋਵੇਗਾ। ਠੀਕ ਆ, ਵੀਰ ਨੂੰ ਕਹਿੰਦੇ ਆ ਤੋਰ ਕੇ ਦਿਖਾਉਂਦਾ, ਅਤੇ ਗੱਬਣ ਹੈਗੀ ਆ, ਆਪਦੀ ਚੈੱਕ ਕਰਾ ਲਓ, ਘਰ ਵਿਜਿਟ ਕਰਕੇ ਤਸੱਲੀ ਨਾਲ ਚੈੱਕ ਕਰਾਉਣ ਤੋਂ ਬਾਅਦ ਬੇਸ਼ੱਕ ਤੁਸੀਂ ਖਰੀਦ ਲਿਓ। ਠੀਕ ਆ ਮਨਜਿੰਦਰ ਭਾਈ, ਆਪਾਂ ਘੱਟੋ ਘੱਟ ਜਦੋਂ ਖਰੀਦੀਏ ਚੈੱਕ ਕਰਵਾਈ ਸੀਗੀ ਭਾਈ ਜੀ, 2 ਵਾਰੀ, 1 ਵਾਰੀ ਉਹਨਾਂ ਨੇ ਮਾਲਕ ਨੇ ਚੈੱਕ ਕਰਵਾਈ ਆ, ਹਾਂਜੀ, ਫਿਰ ਮੈਂ ਘਰੇ ਚੈੱਕ ਕਰਵਾਈ, ਫਿਰ ਕੱਲ੍ਹ ਦੋਨੇ ਇਕੱਠੇ ਹੋਏ। ਠੀਕ ਆ, ਠੀਕ ਆ ਭਰਾ, ਅਤੇ ਇਹਨੂੰ ਤੋਰ ਲਈਏ ਜੀ। ਠੀਕ ਆ, ਬਾਕੀ ਥਣਾਂ ਦੀ ਵੀਰ ਬਿਲਕੁਲ ਚਵਾਈ ਵਧੀਆ, ਚਵਾਈ ਵੱਲੋਂ ਕਿਆ ਵਰਤਣੀ ਹੈ ਜੀ? ਠੀਕ ਭਰਾ, ਦੂਜੇ ਸੂਬੇ ਲਈ ਗੱਬਣ ਆ, ਠੀਕ ਆ, ਗਰੰਟਡ ਗੱਬਣ ਆ, ਬਾਕੀ ਤੁਸੀਂ ਵੈਰੀਫਾਈ ਕਰ ਸਕਦੇ ਹੋ, ਤਸੱਲੀ ਕਰ, ਬੇਸ਼ੱਕ ਜਿਹੜੀ ਕਰ ਲਿਓ ਘਰ ਵਿਜਿਟ ਕਰਕੇ, ਬਿਲਕੁਲ ਚੈੱਕ ਕਰਵਾ ਸਕਦੇ, ਡਾਕਟਰ ਸਾਹਿਬ ਆਪਣਾ ਨਾਲ ਲੈ ਚੈੱਕ ਕਰਾ ਕੇ ਬੇਸ਼ੱਕ ਖਰੀਦ ਲਿਓ।
ਬਾਕੀ ਥਣ ਹਵਾਨਾ ਇੱਕ ਵਾਰੀ ਮੈਂ ਤੁਹਾਨੂੰ ਕਲੋਜ਼ ਤੋਂ ਦਿਖਾ ਦਿੰਦਾ, ਬੇੜ ਬੂਣ ਜਿਹੜੀਆਂ ਹੈਗੀਆਂ ਬਹੁਤ ਮੋਟੇ ਤੌਰ 'ਤੇ ਜਿਹੜੀਆਂ ਤੁਹਾਨੂੰ ਨੋਰਮਲੀ ਦਿਸ ਪੈਣਗੀਆਂ ਹਵਾਨੇ 'ਤੇ। ਅਤੇ ਬਿਲਕੁਲ ਸੱਜਰ ਦਾ ਜਦੋਂ ਪੀਕ 'ਤੇ ਦੁੱਧ ਕਿੰਨਾ ਆਕਸੀਜਨ 'ਚ ਆਇਆ ਜੀ? ਭਾਅ ਜੀ ਬਾਹਰ ਨਹੀਂ ਕਹਿੰਦਾ, ਸੱਜਰਾ ਮੈਂ ਹੀ ਲੈ ਲੂੰਗਾ, ਜਿੰਨੇ ਦਿਨ ਲੂੰਗਾ ਉਹ ਦੁੱਗਣੇ ਕਰ ਲਓ। ਹੋਰ ਦੱਸੋ, ਇੱਥੋਂ ਤੱਕ ਵੀ ਅਰਕੀ 23-24 ਲੀਟਰ ਵੈਟ 'ਚ ਆਊਗੀ ਥਣਾ ਗਿਆ, ਪੂਰੇ ਨਾੜਾਂ ਨੂੰ ਮਿਲਕ ਲੈਣ ਪੂਰੀ ਮੁੱਠੀ ਜਾਂਦੀ ਬਾਈ ਯਾਰ। ਠੀਕ ਆ, ਥਾਲੇ ਵਿੱਚ ਬਹੁਤ ਸਾਫ਼ ਚਵਾਈ, ਬਹੁਤ ਚੰਗੀ ਵੈਟ ਹੁੰਦੀ। ਮਨਜਿੰਦਰ ਭਾਈ ਇਹ ਫਿਰ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਹੋਊਗਾ ਸਹੀ ਅੱਜ? ਇਹਦੇ ਬਾਰੇ ਨਹੀਂ ਮੈਂ ਪੁੱਛ ਕੇ ਆਇਆ ਹੈ ਨਾ, ਵੀ ਕਹਿਣ ਤੋਂ ਭਾਵੇ ਵੀ ਆਪਾਂ 3-3.5 ਮਹੀਨੇ ਦੀ ਚਲੋ ਗਰੰਟੀ ਦੇ ਸਕਦੇ ਹਾਂ ਵੀ ਗੱਬਣ ਚੈੱਕ ਪਾਸ ਆ ਤੁਹਾਡੇ, ਉਹਨਾਂ ਦੇ ਘਰ ਤੱਕਰ ਵੀ ਹੋਊਗੀ ਜੀ, ਘਰੇ ਚੈੱਕ ਕਰਵਾ ਕੇ ਪੈਸੇ ਫੇਰ ਭੇਜ ਦੇਣਾ ਹੱਥ ਨੂੰ। ਹੋਰ ਦੱਸੋ, ਤੱਕਰ ਕੋਈ ਵਪਾਰੀ ਆ ਸਾਰੇ ਮੈਨੂੰ ਕਹਿੰਦੇ ਹੁੰਦੇ ਆ ਵੀ ਆਪਦਾ ਪੈਸੇ ਲੈ ਕੇ ਭੇਜਿਆ ਕਰ, ਪਰ ਮੇਰੇ ਪਾਸੋਂ ਜ਼ਿਆਦਾਤਰ ਜਾਂਦੇ ਉੱਥੇ ਹਾਥੀ ਵਾਲੇ ਨੂੰ ਪੈਸੇ ਬਣਾਉਂਦੇ, ਇੱਥੇ 1000-2000 ਸਾਈ ਪਾਉਂਦੇ ਹੁੰਦੇ ਮੈਨੂੰ, ਉੱਧਰ ਭੇਜ ਦਿੰਦੇ ਪੈਸੇ ਜੀ। ਲਓ ਵੀ ਦੋਸਤੋ, ਪਹਿਲੇ ਨੰਬਰ ਵਾਲੀ ਵੈਰ ਦੀ ਵੀਰ ਨੇ ਦਿੱਤੀ ਆ ਤਸੱਲੀ ਆ, ਠੀਕ ਆ, ਤਸੱਲੀ ਪੂਰੀ ਆ। ਉਹ ਆਉਂਦੇ ਵੀ ਆਪਦੇ ਘਰੇ ਲਿਜਾ ਕੇ ਕੋਈ ਵੀਰ ਹਫ਼ਤੇ ਤੱਕ 10 ਦਿਨਾਂ 5 ਦਿਨਾਂ ਤੱਕ ਚੈੱਕ ਕਰਾ ਕੇ ਬੇਸ਼ੱਕ ਬਾਅਦ ਵਿੱਚ ਪੈਸੇ ਦੇ ਦੇ, ਪਰ ਤੁਸੀਂ ਬਾਅਦ ਵਿੱਚ ਪੈਸੇ ਦੇਣ ਨਾਲ ਦੋਸਤੋ ਸਾਹਮਣੇ ਵਾਲੀ ਚੀਜ਼ ਆ। ਮੈਂ ਕਹਿੰਦਾ ਹੁੰਦਾ ਵੀ ਪੇਮੈਂਟ ਕਿੱਲੇ ਦੇ ਉੱਪਰ ਮਾਲਕ ਦੇ ਕਰਕੇ ਤਸੱਲੀ ਆਪਦੀ ਇੱਥੇ ਕਰਕੇ ਲੱਕ ਪਰਕ ਪੂਰੀ ਲੈ ਜਿਓ, ਠੀਕ ਆ, ਤਸੱਲੀ ਇੱਥੇ ਗੱਬਣ ਚੈੱਕ ਪਾਸ ਦੀ ਕਰਕੇ ਲੈ ਜਿਓ। ਅਤੇ ਅਗਲੀ ਜਿਹੜੀ ਵੈਡ ਆਪਾਂ ਤੁਹਾਨੂੰ ਦਿਖਾਉਣੇ ਆ ਉਹਦੇ ਬਾਰੇ ਗੱਲਬਾਤ ਵੀਰ ਤੋਂ ਪੁੱਛ ਲੈਂਦੇ ਹਾਂ। ਇਹ ਵੀ ਵੈਡ ਜਿਹੜੀ ਆ ਦੋਸਤੋ ਤੋਕੜ ਗੱਬਣਾ ਵੱਡੇ ਕੱਦ ਕੱਦ ਦੇ ਵਿੱਚ ਆ, ਠੀਕ ਆ। ਇੱਕ ਵਾਰੀ ਜਿਹੜਾ ਤੁਸੀਂ ਫੇਸ ਦੀ ਕੁਆਲਿਟੀ ਦੇਖ ਲਓ, ਠੀਕ ਆ, ਆਹ ਮੂੰਹ ਮੱਥੇ ਤੋਂ ਹੈਗੀ ਆ, ਠੀਕ ਆ। ਬਾਕੀ ਥਾਣਾ ਲੇਵਾ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੇਖੋ ਜੀ, ਬਿਲਕੁਲ ਮੁੱਠੀ ਦਾ ਥਾਣਾ, ਠੀਕ ਆ। ਅਤੇ ਮਨਜਿੰਦਰ ਵੀਰੇ ਚਵਾਈ ਹੁਣ ਕਿੰਨੀ ਕੁ ਇਹਦੇ ਥੱਲੇ ਹੈਗੀ ਹੈ? ਬਾਈ ਉਹਨਾਂ ਨੇ ਮੈਨੂੰ 8 ਲੀਟਰ ਦੁੱਧ ਕਿਹਾ ਸੀਗਾ ਜੀ। ਹਾਂਜੀ, ਤੇ ਜਿਵੇਂ ਆਹ ਕਹਿੰਦੇ ਸਾਡੀ ਇੱਥੇ ਖੜੀ ਸੀ ਵਿਚਾਰੀ, ਸੇਵਾ ਸੁਭਾਅ ਦੀ ਠੀਕ ਸੀ ਘਰੇ, ਉਹਨਾਂ ਨੇ 8 ਕਿਹਾ ਸੀ, 8 ਤੋਂ 8.25 ਹੀ ਹੈ ਮੇਰੇ ਘਰੇ, ਪਰ ਮੈਨੂੰ ਇਹ ਉਹਦਾ ਨਹੀਂ, ਮੈਂ ਕਹਿ ਸਕਦਾ ਇਹਦੀ ਮੈਂ ਗਰੰਟੀ ਮੈਂ 15 ਕਿਲੋ ਵੀ ਕਰੂੰਗਾ ਥੱਲੇ ਦੁੱਧ, ਇੰਨੀ ਚਾਰੂ ਆ, ਇੰਨੀ ਸੀਲਸ ਲੱਗਾ, ਨਿਆਣਾ ਪਾਓ ਨਾ ਪਾਓ, ਇਹ 6 ਮਹੀਨੇ ਨੂੰ ਟੱਪ ਗਈ ਹੈ ਜੀ ਗੱਬਣ, 6 ਮਹੀਨੇ ਦੀ ਗੱਬਣ, 6 ਮਹੀਨੇ ਟੱਪ ਗਈ ਹੈ, 12-13 ਕਿਲੋ ਦੁੱਧ ਕਰ ਦੂਗੀ ਮੇਰੀ ਗਰੰਟੀ ਹੋਊਗੀ, ਪਰ ਹੁਣ 8 ਕਿਲੋ 9 ਕਿਲੋ ਹੈਗਾ ਦੁੱਧ। ਮਤਲਬ ਜਿਹੜਾ ਆਪਾਂ ਇੱਥੇ ਚਵਾ ਦੇਣਾ ਕਿਸੇ, ਹਾਂਜੀ, ਉਹ 8-9 ਬਾਕੀ ਸੀਲਸ ਲਾ ਕੇ ਚਵਾਈ ਵੱਲੋਂ ਤਾਂ ਚੱਕਰ ਹੀ ਨਹੀਂ। ਆਹ ਦੇਖੋ ਜੀ, ਆਹ ਕਰੋ ਚੈੱਕ, ਠੀਕ ਆ, ਚਵਾਈ ਤਾਂ ਇੰਨੀ ਜ਼ਿਆਦਾ ਨਾ ਵੀ ਤੁਸੀਂ ਮੇਰੇ ਭੈਣ ਭਰਾ ਨੂੰ ਨਾ ਕਿਸੇ ਨੂੰ ਧਾਰ ਮਾਰਨ ਦੀ ਲੋੜ ਨਹੀਂ ਜੀ, ਇੰਨੀ ਗਰੰਟੀ ਹੋ ਗਈ, 6 ਤੋਂ ਟੱਪ ਗਈ 2 ਕਿਲੋ, ਠੀਕ ਹੈ ਜੀ, ਗੱਬਣ ਵੱਲੋਂ, ਤੇ ਦੁੱਧ 8-8.5-9 ਕਿਲੋ ਹੋਊਗਾ, ਦੁੱਧ ਵਧੂਗੀ ਮੇਰੀ ਗਰੰਟੀ ਹੋ ਮੇਰੀ, ਠੀਕ ਆ। ਕਿਹਨੇ ਕੋਈ ਓਪਰਾ ਨਹੀਂ ਕੀਤਾ, ਕੁਛ ਨਹੀਂ ਕੀਤਾ, ਅੱਗੇ ਸੂਬੇ ਦੂਜੇ ਲਈ ਹੈ ਕਿ ਤੀਜੇ ਲਈ? ਹਾਂ ਦੂਜਾ ਸੂਬਾ ਹੋਊਗਾ, ਅੱਗੇ ਤੀਜੇ ਲਈ ਗੱਬਣ ਹੋ ਸਕਦੀ ਆ, ਆਹ ਦੂਜੇ ਸੂਬੇ ਚੁਣ ਚੱਲਣ ਡਈ ਹੋਊਗੀ, ਠੀਕ ਆ। ਸੋ ਦੋਸਤੋ 8 ਤੋਂ ਉੱਪਰ ਜਿਹੜਾ ਦੁੱਧ ਹੈਗਾ, ਠੀਕ ਹੈ, 8-9 ਦੇ ਦਰਮਿਆਨ ਵੀ ਰਹਿੰਦਾ ਵੀ ਚੱਲਦੀ ਪਈ ਆ, ਠੀਕ ਆ। ਅੱਗੇ ਗੱਬਣ ਜਿਹੜੀ ਹੈਗੀ ਆ 6 ਮਹੀਨਿਆਂ ਦੇ ਨੇੜੇ ਤੇੜੇ ਜਿਹੜੀ ਅੱਗੇ ਗੱਬਣ ਆ, ਚੈੱਕ ਪਾਸ ਆ, ਇਹ ਵੀ ਜਿਹੜੀ ਚੈੱਕ ਪਾਸ ਆ, ਪਰਲੀ ਵੈੜ ਦਿਖਾਈ ਉਹ ਵੀ ਚੈੱਕ ਪਾਸ ਆ, ਠੀਕ ਆ। ਅਤੇ ਵੈੜਾਂ 2 ਆ ਤਕਰੀਬਨ, ਦੋਵੇਂ ਵੈੜਾਂ ਜਿਹੜੇ ਵੀਰ ਨੇ ਖਰੀਦਣੀਆਂ, ਹੋ ਸਕਦਾ ਵੀ ਤੁਸੀਂ ਇਕੱਠੀਆਂ ਖਰੀਦ ਲਓ। ਅਤੇ ਮਨਜਿੰਦਰ ਭਾਈ ਆਇਓ ਇੱਕ ਵਾਰੀ, ਜਿਹੜਾ ਇੱਕ ਤਾਂ ਪਹਿਲੀ ਦਾ ਰੇਟ ਵੀ ਦੱਸੀਏ ਅਤੇ ਨਾਲ ਇਹਦਾ ਦੂਜੇ ਨੰਬਰ ਵਾਲੀ ਵੈੜ ਦਾ ਵੀ ਰੇਟ ਆਪਣਾ ਰਹਿ ਗਿਆ ਜੀ। ਬਾਈ ਇਹਦਾ ਮੁੱਲ ਜਾਇਜ਼ 33,000 ਰੁਪਏ ਚੱਟੀ ਦਾ। ਅੱਛਾ ਜੀ, ਠੀਕ ਆ। ਇਹ ਦੂਜਾ ਇਡਾ ਕਹਿੰਦੇ ਗੋਲ ਮਟੋਲ ਪਾਇਆ, ਜਦੋਂ ਜੀ ਲਾ ਕੇ ਪੱਠੇ ਡੱਕੇ ਚੱਕੂਗੀ, ਠੀਕ ਆ, ਠੀਕ ਆ, ਹਜੇ ਪੱਠੇ ਡੱਕੇ ਨਹੀਂ ਪੂਰੀ। ਤੇ ਜਿਹੜੀ ਕਾਲੀ ਵੈੜ ਵੀ ਰਹਿੰਦਾ ਕੀ ਆ? ਕਾਲੀ ਦਾ ਜਾਇਜ਼ 30,000 ਰੁਪਏ ਜੀ। 30,000 ਮਾਨਤਨ ਕਰਾਂਗੇ, ਕੋਈ ਚੱਕਰ ਨਹੀਂ, ਪਰ ਖੂਨ ਉਹ ਲਾਇਓ ਜਿਹਨੇ ਲੈਣੀ ਆ, ਬਿਲਕੁਲ ਕੋਈ ਚੱਕਰ ਨਹੀਂ, ਮੈਨੂੰ ਗੁੱਸਾ ਨਹੀਂ, 5 ਲਾ ਦਿਓ 50 ਲਾ ਦਿਓ ਕੋਈ ਚੱਕਰ ਨਹੀਂਗਾ, ਪਰ ਹਾਂ ਲਾਇਓ ਖੂਨ ਉਹ ਜਿਹਨੇ ਲੈਣੀ, ਇਹ ਮੁੜ ਕੇ ਖੂਨ ਲਾ ਕੇ ਸੌਦਾ ਬਣ ਕੇ ਮੈਂ ਰੈ ਕਰਦਾ, ਉਹ ਕੰਮ ਨਾ ਕਰਿਓ। ਲਓ ਵੀ ਦੋਸਤੋ, ਪਹਿਲੀ ਦਾ ਜਿਹੜੀ ਚਿੱਟੀ ਵਿਖਾਈ ਸੀ ਤਾਂ 33,000 ਆ, ਕਨਫਰਮ ਕਰਾ ਦਿੰਦਾ ਮੈਂ, ਰੇਟ ਆਪਾਂ ਨਹੀਂ ਸੀ ਦੱਸਿਆ ਪਹਿਲਾਂ। ਅਤੇ ਜਿਹੜੀ ਦੂਜੀ ਆ ਇਹ 30,000 ਆ, ਠੀਕ ਆ। ਮਾਨ ਤਾਂ ਕੋਈ ਛੋਟ ਛੱਪਾ, ਉਹ ਮੌਕੇ ਦੀ ਗੇਮ ਆ, ਮੌਕੇ 'ਤੇ ਜੋ ਤੁਸੀਂ ਆ ਕੇ ਘਰੇ ਇੱਕ ਵਾਰੀ ਵੈਰੀਫਾਈ ਕਰ ਲਓ, ਉਸ ਤੋਂ ਬਾਅਦ ਜਿੰਨੀ ਕਰਾਉਣੀ ਹੈ ਛੋਟ ਤੁਸੀਂ ਆਪਦੇ ਹਿਸਾਬ ਨਾਲ ਕਰਵਾ ਵੀ ਸਕਦੇ ਹੋ, ਬਾਕੀ ਥਾਂ ਲੇਵਾ ਤੁਸੀਂ ਵੇਖੋ, ਖੋਲ੍ਹ ਕੇ ਫਿਰ ਵੀਰ ਨੂੰ ਕਹਿੰਦੇ ਆਪਾਂ ਤੋੜ ਕੇ ਦਿਖਾ ਦਿੰਦੇ ਤੁਹਾਨੂੰ।
ਵੱਡੇ ਕਦਕੜ ਦੇ ਵਿੱਚ ਆ, ਵੈੜਪੁਰੀ ਫੱਬਦੀ ਰੱਬਦੀ ਆ, ਵੱਡੇ ਕਦਕੜ ਦੇ ਵਿੱਚ ਆ, ਧਾਰਾਂ ਧੂਰਾਂ ਮਾਰ ਕੇ ਵਿਖਾ ਦਿੱਤੀਆਂ ਥਣਾਂ ਦੀ, ਜਿੱਧਰ ਮਰਜ਼ੀ ਕੱਢ ਲਓ ਜੀ, ਐਂ ਨੂੰ ਕੱਢ ਲਓ, ਆਹ ਕਰੋ ਚੈੱਕ ਜੀ, ਠੀਕ ਆ, ਹਾਈਟ ਕੱਦ ਜਿਹੜਾ ਪੂਰਾ ਵੈੜ ਦਾ, ਠੀਕ ਆ, ਅਤੇ ਥਣ ਥੁਣ ਜਿਹੜਾ ਤੁਸੀਂ ਬਿਲਕੁਲ ਧਿਆਨ ਦੇ ਨਾਲ ਦੇਖ ਲਓ, ਆ ਵੇਖੋ ਜਿੱਥੇ ਮਰਜ਼ੀ ਖੜਾ ਕੇ ਚੋਲੋ, ਕੋਈ ਚੱਕਰ ਨਹੀਂ ਇੰਨੀ ਸੀਸ ਲੱਗ, ਬਿਲਕੁਲ ਜੀ, ਫੁੱਲ ਗਰੰਟੀ ਨਹੀਂ, ਕਿਤੇ ਗਰੰਟੀ ਤੋਂ ਗਰੰਟੀ ਹੈ ਜੀ ਬੈਡ। ਆਹ ਲਾ ਕਰੋ ਜਦੋਂ ਉਸ ਚੈੱਕ, ਠੀਕ ਆ, ਥਣ ਥੁਣ ਦੀ ਪੂਰੀ ਸਫਾਈ ਹੈਗੀ ਆ, ਹਵਾਨੇ ਦੀ ਵੀ ਪੂਰੀ ਸਫਾਈ ਆ, ਬਾਕੀ ਗੱਬਣ ਹੈਗੀ ਆ 6 ਮੰਥ ਦੀ, ਇਹ ਜਿਹੜਾ ਤੁਸੀਂ ਆਪ ਵੀ ਤਸੱਲੀ ਕਰ ਲਿਓ, ਬਾਕੀ ਵੀਰ ਦੇ ਕਹਿਣ 'ਤੇ ਬਿਨਾਂ ਤੁਸੀਂ ਰਿਹੋ, ਮੇਰਾ ਜਿਹੜਾ ਕਹਿਣ ਦਾ ਮਤਲਬ ਹੈ ਵੀ ਉਹਦੇ ਕਹਿਣ 'ਤੇ ਬਿਨਾਂ ਰਿਹੋ, ਕਿਉਂਕਿ ਇਹਨੂੰ ਵੀਰ ਹੋਣਾਂ ਨੇ ਕਰਵਾਈ ਹੈ ਚੈੱਕ, ਤੁਸੀਂ ਵੀ ਜਿਹੜੀ ਚੈੱਕ ਹੈ ਤਸੱਲੀ ਦੇ ਨਾਲ ਕਰਵਾਉਣ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ, ਮੁੱਲ ਇਹਦਾ 30,000 ਆ, ਠੀਕ ਆ, ਮਾਨਤਾਨ ਜਿਹੜਾ ਮੌਕੇ ਦੇ, ਬਾਕੀ ਬਾਈ ਇਹ ਜਿਹੜੇ ਘਰੋਂ ਆਈ ਹੈ ਨਾ, ਉਹਨਾਂ ਦੇ 2 ਜਣੇ ਸੀਗੇ ਬਜ਼ੁਰਗ, 60-65 ਸਾਲ ਦਾ ਸੀ, ਮਾਤਾ ਸੀਗੀ, ਹਾਂਜੀ, ਉਹ ਆਪ ਹੀ ਉਹਨੂੰ ਸਾਹਮਣੇ ਪੱਠੇ ਪਾ ਦਿੰਦੇ, ਲਿਆ ਕੇ ਥੋੜੇ ਜਿਹੇ ਝੋਲ ਲੈਂਦੇ ਸੀਗੇ, ਇਹੋ ਜਿਹੇ ਘਰੋਂ ਆਈ ਨਹੀਂ ਸੀਰਸ ਲੱਗ ਸੀਗੀ, ਬਿਲਕੁਲ, ਸਦੋਂ ਜਾਂ ਗਰੰਟੀ ਹੈ ਜੀ, ਬਿਲਕੁਲ 100 ਦੇ ਵਿੱਚ 100। ਚਲੋ ਬਹੁਤ ਵਧੀਆ, ਇਸ ਤੋਂ ਬਾਅਦ ਬਾਈ ਮਨਜਿੰਦਰ ਇੱਕ ਲਾਸਟ 'ਤੇ ਆਪਣੇ ਕੋਲ ਇਹ ਮੱਝ ਆ ਗਈ ਹੈ ਜੀ, ਇਹ ਇੱਕ ਤਾਂ ਟਾਈਮ ਦੱਸ ਦੇ ਵੀ ਇਹ ਕਿੰਨੇ ਕੁ ਟਾਈਮ ਦੀ ਗੱਭਣ ਆ ਜਿਹੜੀ, ਹਨਾ, ਤਿਆਰੀ ਕਦੋਂ ਕਰੇਗੀ? ਉਹਨਾਂ ਨੇ ਤੀਜਾ ਸੂਆ ਦੱਸਿਆ ਜੀ, ਆਪਾਂ ਚੌਥਾ ਦੱਸ ਦਿੰਦੇ ਹਾਂ, ਠੀਕ ਹੈ, ਦੁੱਧ ਦਊਗੀ 14 ਕਿਲੋ ਜੀ, ਠੀਕ ਹੈ ਜੀ, ਠੀਕ ਹੈ ਮਾਂ ਜੀ, ਦੁੱਧ ਵਾਲੀ ਆ, ਮੇਰੇ ਕੋਲ ਆਈ ਨੂੰ 5-6 ਦਿਨ ਹੋ ਗਏ ਜੀ ਇਹਨੂੰ, ਠੀਕ ਹੈ, ਠੀਕ ਹੈ, ਉਦੋਂ 9 ਮਹੀਨੇ ਦੀ ਪੂਰਿਆਂ ਦੀ ਸੀਗੀ, ਦੁੱਧ ਵੀ ਇੱਕ ਟਾਈਮ ਦੀ 1.5-2 ਕਿਲੋ। ਅੱਛਾ ਜੀ, ਛਾਪੀ ਦਾ ਦੁੱਧ ਮੇਰੇ ਘਰੇ ਵੀ ਆ ਕੇ, ਮਤਲਬ ਹੁਣ ਇਕੱਲਾ ਥਣ ਚੈੱਕ ਕਰਨ ਵਾਸਤੇ ਤਾਂ ਦੁੱਧ ਹੋਊਗਾ ਨਾ, ਹੁਣ ਵੀ ਹੈਗਾ ਜੀ, ਇਹਦੇ 25 ਦਿਨ ਰਹਿ ਗਏ ਸੂਣ ਚ, 25 ਦਿਨ, ਠੀਕ ਆ, ਪਹਾੜਾ ਪਾ ਕੇ ਵਾਲਾ ਹੁਣ ਬਹਿ ਜਾਓ ਜੀ, ਮੈਂ ਇਹਨੂੰ 5 ਦਿਨ ਹੋ ਗਏ, ਆਈ ਨੂੰ 6 ਦਿਨ, ਮੈਂ ਨਹੀਂ ਚੋਈ ਜਮਾ ਜੀ, ਇੱਕ ਦਿਨ ਚੋਈਏ ਘਰੇ ਲਿਆ ਕੇ, ਤੇ ਮੈਨੂੰ ਦੁੱਧ ਚੰਗਾ ਨਹੀਂ ਲੱਗਿਆ, ਮੈਂ ਕਾਹਦੇ ਵਾਸਤੇ, ਲੂਣਾ ਫਿਰ ਦੁੱਧ ਵੀ ਹੋ ਜਾਂਦਾ, ਫਿਰ ਪਸ਼ੂ ਨੂੰ 2-3 ਮਹੀਨੇ ਛੱਡਣਾ ਵੀ ਚਾਹੀਦਾ ਸੀ, ਇਹ ਫੈਨ ਜਾਜ ਕਰਕੇ ਉਹ ਦੁੱਧਰ ਲਾ ਕੇ ਪਾਉਂਦੇ ਰਹੇ ਡੈਰੀ ਦੇ, ਉਹ ਲਾਲਚ ਕਰਦੇ ਰਹੇ ਕਿਤੇ, ਕਿਤੇ ਉਹ ਤਾਂ ਇੰਨੀ ਜ਼ਿਆਦਾ ਭੂਰ ਛਿੱਟੇ ਭਾਰ ਦੀ ਆਪਣੀ ਗਰੰਟੀ ਹੋ ਗਈ ਜੀ, ਠੀਕ ਆ, 25 ਦਿਨ ਪੂਰੇ ਲਊਗੀ ਗਰੰਟੀ ਤੇ ਲਊਗੀ, 25 ਦਿਨ, ਹਾਂ, ਅਗਲੇ ਘਰ ਵਾਲਿਆਂ ਨੇ ਦੱਸਿਆ ਬਿਲਕੁਲ ਤਸੱਲੀ ਨਾਲ, ਮੈਂ ਕਹਿੰਦਾ 9 ਮਹੀਨੇ ਟੱਪ ਗਿਆ ਜੀ, ਠੀਕ ਹੈ ਵੀਰ, ਹਾਂ, 9-8 ਨਹੀਂ ਹੋ ਸਕਦੇ, 9-8.25 ਹੋ ਜਾਣਗੇ, ਇੰਨੀ ਗਰੰਟੀ ਹੋ ਗਈ, ਚਲੋ ਮਹੀਨੇ ਦੇ ਫਿਰ ਲਾ ਕੇ 25 ਦਿਨ ਤਾਂ ਲਾ ਕੇ ਬੰਦਾ ਮੰਨ ਕੇ ਲੈ ਜੇ। ਚੌਥਾ ਸੂਆ ਜਿਹੜਾ ਦੋਸਤੋ ਸੁਣੀ ਹੈ ਇਹ ਮੱਝ, ਠੀਕ ਆ, ਅਤੇ ਮੱਝ ਬੇਸ਼ੱਕ ਤੁਸੀਂ ਵੇਖ ਕੇ ਚੈੱਕ ਕਰ ਲਓ, ਠੀਕ ਆ, ਜੇਕਰ ਆਪਾਂ ਅੱਜ ਮਾਰਚ 10 ਦੀ ਗੱਲ ਕਰੀਏ ਤਾਂ ਤਕਰੀਬਨ ਅਪ੍ਰੈਲ ਦੀ 5 ਅਤੇ ਅਪ੍ਰੈਲ ਦੀ 10 ਤੱਕ ਜਿਹੜਾ ਦੋਸਤੋ ਇਹ ਮੱਝ ਪੂਰੀ ਤਿਆਰੀ ਦੇ ਵਿੱਚ ਹੋਵੇਗੀ, ਸੂ ਸਕਦੀ ਹੈ 5 ਅਪ੍ਰੈਲ ਨੂੰ ਸੂਜੇ, ਠੀਕ ਆ, ਜਾਂ 10 ਅਪ੍ਰੈਲ ਤੱਕ ਦਿਨ ਲੈ ਜੀ, ਠੀਕ ਆ, ਬਾਕੀ ਆ ਜਿਹੜਾ ਲੇਵਾ ਥਾਣਾ ਬਿਲਕੁਲ ਤੁਹਾਡੇ ਸਾਹਮਣੇ ਆ, ਕਿਉਂਕਿ ਅਗਲੇ ਘਰੋਂ ਜਿੱਥੋਂ ਆਈ ਆ ਦੋਸਤੋ ਥੋੜ੍ਹੀ ਲੇਟ ਉਹਨਾਂ ਨੇ ਛੱਡੀ ਆ, ਚਵਾਈ ਚਵਾਈ ਕਰਦੇ ਰਹੇ, ਧਾਰ ਧੁਰ ਬਹੁਤ ਪੋਲੀ ਹੈ, ਚਵਾਈ ਥਾਪੀ ਮਾਰੋ, ਮੂਹਰੇ ਭਾੜਾ ਪਾਓ, ਹੁਣੇ ਚੋਣ ਪੈ ਜਾਣ, ਅੱਛਾ, ਕੋਈ ਪੁਰਾਣੀ ਆ ਤੁਹਾਡੇ ਕਰਕੇ ਥੋੜ੍ਹਾ ਡਰੀ ਜਾਂਦੀ ਆ, ਠੀਕ ਹੈ ਜੀ, ਹਾਂ, ਚਵਾਈ ਬਹੁਤ ਚੰਗੀ ਆ, ਭੂਰ ਛਿੱਟੇ ਭਾਰ ਦੀ ਆਪਣੀ ਗਰੰਟੀ ਹੋਊਗੀ, ਬਿਲਕੁਲ ਜੀ ਬਿਲਕੁਲ, ਲਓ ਵੀ ਦੋਸਤੋ, ਠੀਕ ਆ, ਇਹ ਮੱਝ ਵੀਰ ਮਨਜਿੰਦਰ ਦੇ ਕੋਲ ਵਿਕਾਊਗਾ, ਗੱਬਣ ਜਿਹੜੀ ਵੀਰਾਂ ਦਾ ਵੀ 9 ਮਹੀਨੇ ਦੀ ਆ, ਸਵਾ ਹੋ ਸਕਦਾ, 9.5 ਨਹੀਂ ਹੁੰਦੇ, ਸਵਾ ਹੋ ਜਾਊਗਾ, ਠੀਕ ਆ, ਅਤੇ ਦੇੜ ਉੱਪਰ ਤੁਸੀਂ ਕਾਊਂਟ ਕਰ ਲਿਓ, 10 ਮਹੀਨੇ ਕੋਈ 10 ਕੁ ਦਿਨ ਦਾ ਸਮਾਂ ਲੈ ਜਾਂਦੀ ਹੈ, ਪਰ ਤੁਸੀਂ 10 ਅਪ੍ਰੈਲ 5 ਅਪ੍ਰੈਲ ਤੋਂ ਲੈ ਕੇ 10 ਅਪ੍ਰੈਲ ਤੱਕ ਜਿਹੜਾ ਕਾਊਂਟ ਕਰਕੇ ਮੰਨ ਕੇ ਲੈ ਕੇ ਜਾ ਸਕਦੇ ਹੋ, ਠੀਕ ਆ, ਬਾਕੀ ਆਪੋ ਆਪਣੀ ਸੋਚ ਸਮਝ ਆ, ਮੱਝ ਆ ਕੇ ਇੱਕ ਵਾਰੀ ਤਸੱਲੀ ਕਰ ਲਿਓ, ਬੇਸ਼ੱਕ ਜੂਟ ਪਾ ਕੇ ਰੱਸੀ ਪਾ ਕੇ ਟਿੱਪ ਕੇ ਹਜੇ ਦੁੱਧ ਵਿੱਚ ਹੀ ਹੋਊਗੀ, ਕਿਉਂਕਿ 5-6 ਦਿਨ ਹੋ ਗਏ ਛੱਡੀ ਨੂੰ, ਜੂਟ ਰੱਸੀ ਦੀ ਲੋੜ ਨਹੀਂ, ਐਂ ਮੂਹਰੇ ਦਾਣਾ ਪਾਓ, ਤੁਹਾਡੇ ਕਰਕੇ ਡਰੀ ਜਾਂਦੀ ਥੋੜ੍ਹਾ ਜਿਹਾ, ਬਿਲਕੁਲ, ਦਾਣਾ ਪਾਓ ਥੱਲੇ ਬਹਿ ਜਾਓ, ਕਿਲੋ 14 ਕਿਲੋ 14 ਕੋਈ ਪ੍ਰਵਾਹ ਨਹੀਂ, ਕਹਿਣ ਤੋਂ ਭਾਵੇਂ ਨਾ ਭਾਈ ਮਨਜਿੰਦਰ ਪੂਰੀ ਤਸੱਲੀ ਥਣਾਂ ਦੀ ਤਸੱਲੀ ਕਰਕੇ ਭਾਈ, ਫੁੱਲ ਹੋਊਗੀ ਜੇ ਨਾ ਵੀ ਕਰੂ, ਤਾਂ ਵੀ ਆਪਣੀ ਗਰੰਟੀ ਵੀਡੀਓ ਵਿੱਚ ਬੋਲਦਾ ਪਿਆ ਮੈਂ, ਬਿਲਕੁਲ, ਮੇਰੇ ਕਿਲੇ ਦੇ ਬਣ ਜਾਓ, ਹੋਰ ਦੱਸੋ ਇੰਨੀ ਗਰੰਟੀ ਹੋ ਗਈ, ਠੀਕ ਹੈ, ਅੱਛਾ ਭਾਈ ਮਨਜਿੰਦਰ ਅੱਜ ਮਹੀਨੇ ਦਾ ਸਮਾਂ ਚਲੋ ਕੱਚੀ ਆ, ਹਾਂਜੀ, ਕਿੰਨਾ ਕੁ ਮੁੱਲ ਕਰਦੇ ਬਾਈ? ਇਹ ਆਪਣਾ ਦੇਣ ਲੈਣ 66,000 ਰੁਪਈਆ ਜੀ,
66,000 ਰੁਪਏ ਦੇਣੀ ਆਪਾਂ, ਕੋਈ ਨੀ ਆਏਗਾ ਤਾਂ ਮਾਨਦਾਨ ਜ਼ਰੂਰ ਕਰਾਂਗੇ, ਕਿਉਂਕਿ ਮੰਨ ਕੇ ਮਹੀਨੇ ਨੂੰ ਸੁਣਦੀ ਆ ਤੇ ਗਾਂ ਝੋਨੇ ਮੌਕੇ ਤੱਕ ਦੁੱਧ ਸੁੱਕ ਜਾਂਦਾ ਹੁੰਦਾ, ਰੁੱਤ ਕਿਹੜੀ ਹੁੰਦੀ, ਮਹੀਨਾ ਡੇਢ ਮਹੀਨਾ ਦੁੱਧ ਪੀ ਕੇ ਵੀ ਫਿਰ ਇੰਨੀ ਜਦਮਾਰੀ 70-75 ਜਿਹਨੂੰ ਮਰਜ਼ੀ ਮਹੀਨੇ ਤੀਕਰ ਦਾ ਬੱਚਾ ਲਵਾ ਲਈ ਰਹਿੰਦਾ ਜੀ। ਬਿਲਕੁਲ 66,000 ਦੀ ਜਿਹੜੀ ਦੋਸਤੋ ਡਿਮਾਂਡ ਆ, ਠੀਕ ਆ, 66,000 ਦੀ ਵੀਰਾਂ ਦਾ ਵੀ ਆਪਾਂ ਲੈ ਦੇ ਕਰਾਂਗੇ, ਮੱਝ ਚੌਥਾ ਸੂਆ ਸੁਣੀ ਆ, ਆ ਕੇ ਘਰੇ ਇੱਕ ਵਾਰੀ ਤਸੱਲੀ ਨਾਲ ਦੇਖ ਲਓ, ਠੀਕ ਆ, ਆਹ ਪਿੱਠ ਪੁੱਠਾ ਤੁਸੀਂ ਵੇਖ ਲਓ ਬੈਕ ਸਾਈਡ, ਠੀਕ ਆ, ਅਤੇ ਮੋਬਾਈਲ ਨੰਬਰ ਆਪਣੇ ਜ਼ਰੂਰ ਦੱਸ ਦਈਏ, 9814340403 98143440043। ਬੱਕਰੀ ਠੀਕ ਹੈ ਜੀ, ਠੀਕ ਹੈ। ਸੋ ਦੋਸਤੋ ਇੱਕ ਲਾਸਟ 'ਤੇ ਵੀਰ ਦੇ ਕੋਲ ਬੱਕਰੀ ਆ, ਠੀਕ ਆ, ਪੱਠਾਂ ਦਿੱਤੀਆਂ ਨੇ ਦੋ ਨੇ, ਉਹ ਵੀ ਆਪਾਂ ਪ੍ਰੋਪਰ ਇਸੇ ਵੀਡੀਓ ਦੇ ਵਿੱਚ ਕਵਰ ਕਰ ਦਿੰਦੇ ਹਾਂ। ਕਿਸੇ ਵੀਰ ਨੇ ਸ਼ੌਂਕੀਆ ਤੌਰ 'ਤੇ ਖਰੀਦਣੀ ਆ, ਬਹੁਤੇ ਵੀਰਾਂ ਦੀ ਜਿਹੜੀ ਡਿਮਾਂਡ ਵੀ ਹੁੰਦੀ ਆ, ਠੀਕ ਆ, ਅਤੇ ਆਪਾਂ ਦਿਖਾ ਦਿੰਦੇ ਹਾਂ ਰੇਟ ਭਾਅ ਪੜਤਾ ਪੁੱਛ ਲਵਾਂਗੇ, ਅਤੇ ਆ ਜਾਓ ਕਰਦੇ ਹਾਂ ਗੱਲ। ਮਨਜਿੰਦਰ ਭਾਈ ਇਹ ਆਪਣੇ ਕੋਲ ਬੱਕਰੀ ਸੂਈ ਹੈ ਨਾ? ਹਾਂਜੀ। ਕਿੱਦਾਂ ਸੂਈ ਹੈ ਜੀ? ਇਹ ਰਾਤ ਸੂਈ ਹੈ ਜੀ, ਰਾਤ ਕੱਲ੍ਹ ਸ਼ਾਮ ਨੂੰ 5-6 ਵਜੇ। ਠੀਕ ਆ, ਹਾਂਜੀ। ਅਤੇ ਬੱਚੇ ਇਹ ਪੱਠਾ ਹੀ ਹੈ ਜੀ? ਦੋਨੇ ਪੱਠੇ ਦਿੱਤੀਆਂ ਜੀ, ਦੋਵੇਂ ਪੱਠਾ ਹੀ ਹੈ। ਹਾਂਜੀ, ਆਹ ਕਰੋ ਚੈੱਕ ਜੀ, ਠੀਕ ਆ, ਦੋ ਪੱਠਾਂ ਨੇ ਤੇ ਬੱਕਰੀ ਸਾਰਾ, ਮਤਲਬ ਕਿ ਬੱਕਰੀ ਵੀ ਨਾਲ ਪੱਠਾ ਵੀ ਨਾਲ, ਹਾਂ ਸਾਰਾ ਕੁਝ ਦੇਵਾਂਗੇ। ਹਣਾ ਜੀ, ਜੀ ਬਹੁਤ ਵਧੀਆ ਪਈ ਹੈ ਜੀ। ਅੱਛਾ ਜੀ, ਮੇਰੇ ਘਰੇ ਰਾਤ ਦੀ ਜੀਰ ਪਈ ਆ। ਠੀਕ ਆ, ਠੀਕ ਹੈ, ਚੰਗਾ ਚਕੂ ਦਿੱਤਾ ਸੀ ਇਹਨੂੰ ਰਾਤ, ਬੱਚਿਆ ਹੁਣ ਵੀ ਚੁੰਡੀ ਜਾਂਦੇ ਦੋਨੇ, ਠੀਕ ਹੈ, ਪੱਠਾ ਹੀ ਆ। ਠੀਕ ਆ, ਆਹ ਦੇਖੋ ਦੋਸਤੋ, ਠੀਕ ਆ, ਠੀਕ ਆ, ਆਹ ਕਰੋ ਚੈੱਕ, ਠੀਕ ਆ, ਬਹੁਤ ਪਿਆਰੇ ਬੱਚੇ ਆ, ਪੱਠਾ ਨੇ ਦੋਸਤੋ ਦੋਨੋਂ ਨਾਲ, ਅਤੇ ਆਹ ਦੇਖੋ ਜੀ ਮਾਰਕਿੰਗ ਦੇਖੋ, ਸੋਹਣੀ ਹੈਗੀ ਹੈ ਸ਼ੇਪ ਬੱਚਿਆਂ ਦੀ, ਸੋਹਣੇ ਆਕਾਰ ਦੇ ਬੱਚੇ ਆ, ਆਹ ਵੇਖੋ ਜੀ। ਆ ਕਰੋ ਚੈੱਕ, ਠੀਕ ਆ, ਅਤੇ ਮਨਜਿੰਦਰ ਭਾਈ ਇਹ ਕਿੰਨੇ ਕੁ ਦੇ ਦੇ ਲੈ ਕਰਦੇ ਹਾਂ, ਤਿੰਨੇ ਪੀਸ ਕਿੰਨੇ ਕੁ ਦੇ ਆਪਾਂ ਦੇਣੇ ਆ? ਇਹਦਾ ਜੈਸੀ ਕਰਦੇ ਹਾਂ ਜੀ 16,000 ਰੁਪਈਆ। 16,000, ਬਾਕੀ ਕੋਈ ਗੱਲ ਨਹੀਂ, ਜਿਵੇਂ ਬੰਦਾ ਸ਼ੌਂਕ ਵਾਲਾ ਹੋਊਗਾ ਘਰੇ ਰੱਖਣ ਵਾਲਾ ਹੋਊਗਾ, ਕੋਈ ਨਹੀਂ, ਉਹਨੂੰ ਫੁੱਲ ਮਾਨਦਾਨ ਕਰ ਦਾਂਗੇ ਜਿੰਨਾ ਕਹੂਗਾ। ਠੀਕ ਹੈ ਜੀ, ਹਾਂ ਕੋਈ ਚੱਕਰ ਨਹੀਂ, ਫਿਕਸ ਨਹੀਂ ਆਪਣਾ। ਠੀਕ ਹੈ, ਹਾਂ 16,000 ਦੇ ਵਿੱਚ ਜਿਹੜਾ ਦੋਸਤੋ ਵੀਰਾਂ ਦਾ ਕੋਈ ਫਿਕਸ ਨਹੀਂ ਗਾ, 16,000 ਦੇ ਵਿੱਚੋਂ ਮਾਨਦਾਨ ਹੋ ਜੂਗਾ, ਠੀਕ ਆ। ਬਾਕੀ ਬੱਕਰੀ ਤੁਸੀਂ ਵੇਖ ਲਓ, ਠੀਕ ਆ, ਬੱਚੇ ਚੁੰਘਦੇ ਪਏ ਆ, ਕੱਲ੍ਹ ਰਾਤ ਹੀ ਸੂਈ ਆ, ਜੇਰ ਪ੍ਰੋਪਰ ਪੈ ਗਈ ਆ, ਠੀਕ ਆ, ਅਤੇ ਬੇਸ਼ੱਕ ਤੁਸੀਂ ਜਿਹੜਾ ਇਹ ਚੀਜ਼ਾਂ ਦਾ ਵੀ ਸੌਦਾ ਕਰ ਸਕਦੇ ਹੋ, ਵੇਖ ਸਕਦੇ ਹੋ ਘਰੇ, ਸ਼ੌਂਕੀਆ ਤੌਰ 'ਤੇ ਖਰੀਦ ਸਕਦੇ ਹੋ। ਬਾਕੀ ਸੰਪਰਕ ਨੰਬਰ ਉਹੀ ਰਹਿਣਗੇ ਨੰਬਰਾਂ 'ਤੇ ਜਿਹੜਾ ਤੁਸੀਂ ਗੱਲਬਾਤ ਕਰਨੀ ਹੈਗੀ ਆ। ਵੀਡੀਓ ਸਕਰੀਨ 'ਤੇ ਬਿਲਕੁਲ ਨੀਚੇ ਵਾਲੇ ਪਾਸੇ ਜਿਹੜੇ ਨੰਬਰ ਆਪਾਂ ਚੱਲਦੇ ਕਰ ਦਈਦੇ ਆ। ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।